ਮੁੰਡੇ ਆਪਣੇ ਜ਼ਿਮੀਂਦਾਰਾਂ ਦੇ ਮੁੰਡੇ ਸੀਗੇ ਅਤੇ ਬਹੁਤ ਵਧੀਆ ਮੁੰਡੇ ਸੀ, ਸੁਭਾਅ ਵੀ ਬਹੁਤ ਵਧੀਆ ਸੀ ਇਹਨਾਂ ਦਾ, ਕੋਈ ਨਸ਼ਾ ਨਹੀਂ ਸੀ ਕਰਦੇ ਹੈਗੇ। ਜਦ ਸਵੇਰੇ ਘਰੋਂ ਪੜ੍ਹਨ ਵਾਸਤੇ ਆਏ ਸੀ ਇਹ ਅਤੇ ਪੜ੍ਹ ਕੇ ਕਲਾਸ ਲਾ ਕੇ ਆਪਣੀ ਦਰਾਏ ਕਿੱਥੇ ਕੰਮ ਕੁੰਮ ਚੱਲੇ ਸੀਗੇ ਅਤੇ ਅਚਾਨਕ ਜਦੋਂ ਇੱਥੇ ਕਿਤੇ ਪੁੱਜੇ ਨੇ ਤਾਂ ਗੱਡੀ ਇਹਨਾਂ ਦੀ ਅਨਬੈਲੈਂਸ ਹੋ ਗਈ ਆ। ਅਤੇ ਥੋੜ੍ਹਾ ਜਿਹਾ ਕਸੂਰ ਰੋਡ ਵਾਲਿਆਂ ਦਾ ਵੀ ਆ, ਇਹਨਾਂ ਨੇ ਅੱਡੇ ਅੱਡੇ ਪਰਚੀਆਂ ਲਾਈਆਂ ਹੋਈਆਂ ਨੇ ਅਤੇ ਜਿਹੜਾ ਰੋਡ ਆ ਇਹ ਬਹੁਤ ਜ਼ਿਆਦਾ ਜੰਪਿੰਗ ਕਰਦਾ ਇਹ ਰੋਡ, ਆਮ ਗੱਡੀਆਂ ਵੀ ਦੇਖਦੇ ਨੇ, ਬਸ ਇਹਦਾ ਅਨਬੈਲੈਂਸ ਹੋ ਕੇ ਇੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ। ਕਿੰਨੇ ਬੰਦੇ ਸੀਗੇ ਜੀ? ਚਾਰ ਜਣੇ ਸੀਗੇ। ਤੁਹਾਡੇ ਜਾਣ ਪਛਾਣ ਦੇ ਕਿੰਨੇ ਸੀ ਇਹਦੇ ਵਿੱਚ? ਸਾਡੇ ਦੋ ਸੀਗੇ ਜਾਣ ਪਛਾਣ ਦੇ। ਕਿਹੜੇ ਪਿੰਡ ਦੇ? ਇੱਕ ਮਾਧਪੁਰ ਦਾ ਸੀਗਾ ਜੀ, ਦੋ ਸਾਡੇ ਘੁਮਾਣ ਦੇ ਸੀਗੇ। ਹਾਂਜੀ। ਤੇ ਇੱਕ ਮੁੰਡਾ ਹੋਰ ਸੀਗਾ, ਕੋਈ ਕਿੱਥੇ ਦਾ ਸੀ? ਇੱਕ ਤਾਂ ਬੇਟਾ ਸੀ ਮੇਰਾ। ਹਾਂਜੀ। ਇੱਕ ਸਾਡੇ ਪਿੰਡ ਚੋਂ ਸੀਗਾ ਮੁੰਡਾ ਤੇ ਦੋ ਲੜਕੇ ਹੋਰ ਆ ਸ਼ਾਇਦ, ਉਹ ਇੱਕ ਮਾਧਪੁਰ ਦਾ ਸ਼ਾਇਦ, ਇੱਕ ਹੈਗਾ ਭਗਵਾਨਪੁਰ ਦਾ। ਇਹ ਵੀ ਉਹ ਡਿਪਲੋਮਾ ਹੀ ਕਰਦੇ ਨੇ ਇੱਥੇ ਕਟਾਣੀ। ਅੱਛਾ, ਕਿੰਨੀ ਉਮਰ ਸੀਗੀ? ਉਮਰ 21 ਸਾਲ, 21 ਸਾਲ ਦੀ। ਹਾਂ, ਲਾਸਟ ਈਅਰ ਸੀਗਾ। ਅੱਛਾ। ਥਰਡ ਈਅਰ 'ਚ ਸਾਨੂੰ ਕੋਈ ਉਹੀ 10 ਵਜੇ ਤੋਂ ਤਾਂ ਬਾਅਦ ਹੀ ਲੱਗਿਆ, 12 1 ਵਜੇ ਲੱਗਿਆ। ਪਤਾ ਨਹੀਂ ਹੁਣ, ਗਏ ਤਾਂ ਸੀਗੇ ਉੱਥੋਂ ਹੀ, ਕਹਿੰਦੇ ਵੀ ਇੱਧਰ ਨੂੰ ਤੁਰ ਪਏ ਸੀ। ਗੱਡੀ ਤੁਹਾਡੀ ਸੀ ਕਿਸੇ? ਨਹੀਂ, ਉਹ ਸਾਡੇ ਪਿੰਡ ਵਾਲੇ ਦੂਜੇ ਲੜਕੇ ਦੀ। ਅੱਛਾ ਜੀ। ਤੇ ਕੀ ਲੱਗਦਾ ਤੁਹਾਨੂੰ ਵੀ ਇਹ ਕਿਵੇਂ ਹਾਦਸਾ ਵਾਪਰਿਆ, ਕੋਈ ਪਤਾ ਲੱਗਿਆ ਹੋਣਾ ਜੀ? ਅਜੇ ਤਾਂ ਕੁਛ ਦੇਖਿਆ ਨਹੀਂ ਅਸੀਂ, ਇੰਨਾ ਪਤਾ ਹੀ ਨਹੀਂ ਲੱਗਿਆ ਹਜੇ ਤੱਕ। ਇਹ ਜੀ, ਇੱਕ ਸਡਨਲੀ ਕੋਈ ਐਕਸੀਡੈਂਟ ਹੋਇਆ ਹੈਗਾ ਵਾਰਸ ਦੇ ਵਿੱਚ, ਅਤੇ ਇਹ ਗੱਡੀ ਨੀਲੋ ਸਾਈਡ ਤੋਂ ਆ ਰਹੀ ਸੀ, ਏਸੈਂਟ ਗੱਡੀ ਸੀ। ਇਹਦੇ ਵਿੱਚ ਚਾਰ ਨੌਜਵਾਨ ਸਵਾਰ ਸੀਗੇ, ਅਤੇ ਜਿਹੜੇ ਨੇਮਲੀ ਹੈਗੇ ਨੇ ਜਸਪ੍ਰੀਤ ਸਿੰਘ, ਤੇਜਿੰਦਰ ਸਿੰਘ, ਨਵਜੋਤ ਸਿੰਘ ਅਤੇ ਪਰਮਵੀਰ ਸਿੰਘ। ਇਹ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ, ਸਟੂਡੈਂਟ ਹੈਗੇ ਨੇ। ਅਤੇ ਗੱਡੀ ਅਚਾਨਕ ਇਹਨਾਂ ਦੀ ਰੌਂਪੁਰ ਤੋਂ ਦਰਾਹੇ ਵੱਲ ਨੂੰ ਆਉਂਦਿਆਂ ਇੱਕ ਪੁਲੀ ਦੇ ਵਿੱਚ ਵੱਜੀ ਹੈ, ਅਤੇ ਕਾਫੀ ਸਪੀਡ ਦੇ ਵਿੱਚ ਗੱਡੀ ਵੱਜਣ ਕਰਕੇ, ਅਤੇ ਪਤਾ ਲੱਗਿਆ ਵੀ ਤਿੰਨ ਨੌਜਵਾਨਾਂ ਦੀ ਐਟ ਦੀ ਸਪੋਟ ਡੈਥ ਹੋ ਗਈ। ਸਿੱਧੂ ਹਸਪਤਾਲ ਦੇ ਵਿੱਚ ਬਰਾਊਟ ਡੈੱਡ ਆਏ ਨੇ। ਇੱਕ ਇਹਨਾਂ ਵਿੱਚੋਂ ਨੌਜਵਾਨ ਰੈਫਰ ਕੀਤਾ ਸੀਗਾ ਅਪੋਲੋ ਹਸਪਤਾਲ ਲੁਧਿਆਣੇ ਦਾ, ਉਹਦੇ ਬਾਰੇ ਕਲੀਅਰ ਨਹੀਂ ਹੈਗਾ, ਜਦੋਂ ਕਲੀਅਰ ਹੋ ਗਿਆ ਪਤਾ ਲੱਗ ਜੂਗਾ। ਅਤੇ ਸਡਨਲੀ ਉਮਰ ਕਿੰਨੀ ਗੱਲ ਦੱਸੀ ਜਾ ਰਹੀ? ਇਹਨਾਂ ਸਾਰਿਆਂ ਦੀ ਉਮਰ 20 ਤੋਂ 23 ਦੇ ਦਰਮਿਆਨ ਹੈ ਸਾਰੇ ਨੌਜਵਾਨ। ਹੁਣ ਪੁਲਿਸ ਕਿਹੜੀ ਕਾਰਵਾਈ ਕਰੀ ਹੈ? ਫਿਲਹਾਲ ਤਾਂ ਨੈਚੁਰਲ ਡੈਥ ਦਾ ਮਾਮਲਾ ਹੀ ਹੈਗਾ, ਕਿਉਂਕਿ ਐਕਸੀਡੈਂਟ ਵੀ ਕਿਸੇ ਦੇ ਵਿੱਚ ਨਹੀਂ ਵੱਜੀ, ਗੱਡੀ ਅਚਾਨਕ ਡਿਸਬੈਲੈਂਸ ਹੋ ਕੇ ਇਹਨਾਂ ਤੋਂ ਖੁਦ ਹੀ ਵੱਜ ਗਈ ਗੱਡੀ, ਅਤੇ 174 ਦੀ ਕਾਰਵਾਈ ਸੀ ਕਰ ਲਈ।